ਭੱਠਣ ਨੇ ਬਿਆਨ ਦਿੱਤਾ ਇੱਕ, ਕਹਿੰਦੀ ਇੱਕ ਹੋਰ ਫਿਰਦਾ ਮਦਾਰੀ ਜਾ ਆ ਭਗਵੰਤ ਮਾਨ। ਮੈਂ ਕਿਹਾ ਜੀ ਲੋਕਾਂ ਨੂੰ ਕਹਿ ਦੇਖਵਾ ਇੱਕ ਮੈਨੂੰ ਮਦਾਰੀ ਕਹਿੰਦੀ ਹੈ ਯਾਰ। ਕਹਿੰਦੇ ਹਾਂ ਯਾਰ। ਮੈਂ ਕਿਹਾ ਫਿਰ ਇਹਨੂੰ ਸਮਝਾ ਦਿਓ ਯਾਰ, ਜੇ ਤੁਹਾਡੇ ਪਿੰਡ ਆਈ ਵੀ ਮਦਾਰੀਆਂ ਨੂੰ ਬਾਂਦਰੀਆਂ ਨਚਾਉਣੀਆਂ ਆਉਂਦੀਆਂ ਹੁੰਦੀਆਂ ਨੇ। ਇੱਕ ਰੁਪਈਏ ਦਾ ਵੀ ਵੀਰੋ, ਇੱਕ ਰੁਪਈਏ ਦਾ ਗਲੀ ਵਾਲਾ ਰੁਪਈਆ ਕਹਿੰਦਾ ਜਿਹਨੂੰ, ਇੱਕ ਰੁਪਈਏ ਦਾ ਵੀ ਨਾ ਮੇਰੇ ਤੇ ਇਲਜ਼ਾਮ ਲਾ ਦਿਓ ਕਿ ਭਗਵੰਤ ਮਾਨ ਨੇ ਇੱਕ ਰੁਪਈਆ ਕਟਾ ਲਿਆ ਤੁਹਾਡੀਆਂ ਜੁੱਤੀਆਂ ਮੇਰਾ ਸਿਰ। ਲੋਕ ਸਭਾ ਚੋਣਾਂ 'ਚ ਜਿੱਤ ਲਈ ਸਿਆਸੀ ਪਾਰਟੀਆਂ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਨੇ, ਪਰ ਦੂਜੇ ਪਾਸੇ ਸੰਗਰੂਰ ਦੀ ਸੀਟ ਲਈ ਕਾਂਗਰਸ, ਅਕਾਲੀ ਦਲ ਅਤੇ ਪੰਜਾਬ ਡੈਮੋਕਰੇਟਿਕ ਅਲਾਇੰਸ ਵੱਲੋਂ ਹਾਲੇ ਤੀਕਰ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਗਿਆ। ਜਿੱਥੇ ਪਾਰਟੀਆਂ ਇਸ ਨੂੰ ਆਪਣਾ ਅੰਦਰੂਨੀ ਮਾਮਲਾ ਦੱਸ ਰਹੀਆਂ ਨੇ, ਉੱਥੇ ਹੀ ਭਗਵੰਤ ਮਾਨ ਇਸ ਮੁੱਦੇ ਨੂੰ ਲੈ ਕੇ ਵਿਰੋਧੀਆਂ ਦੀ ਖੂਬ ਖਿੱਲੀ ਉਡਾ ਰਹੇ ਨੇ। ਭਗਵੰਤ ਮਾਨ ਮੁਤਾਬਕ ਅਕਾਲੀ ਦਲ ਦੇ ਸਾਬਕਾ MP ਸੁਖਦੇਵ ਸਿੰਘ ਢੀਂਡਸਾ ਆਪਣੇ ਪਰਿਵਾਰ ਨੂੰ ਚੋਣ ਲੜਨ ਤੋਂ ਪਹਿਲਾਂ ਹੀ ਮਨਾ ਕਰ ਰਹੇ ਨੇ। ਉਹਦਾ ਕਹਿ ਗਿਆ ਨਾ, ਉਹਨੇ ਆਪਦੇ ਮੁੰਡੇ ਨੂੰ ਵੀ ਕਿਹਾ ਵੀ ਤੂੰ ਵੀ ਨਾ ਹੋਏ, ਤੂੰ ਵੀ ਨਹੀਂ, ਤੂੰ ਵੀ ਨਹੀਂ। ਠੀਕ ਹੈ, ਕਾਂਗਰਸ ਵਾਲਿਆਂ ਨੂੰ ਬੰਦਾ ਨਹੀਂ ਲਿਆਉਂਦਾ, ਕਦੇ ਕਹਿੰਦੇ ਨੇ ਭੱਠਣ ਨੂੰ ਲਿਆਵਾਂਗੇ, ਕਦੇ ਕਹਿੰਦੇ ਕੇਬਲ ਢਿੱਲੋਂ। ਉਹ ਹਾਲਾਤ ਉੱਧਰ ਵੀ ਇਹੀ ਨੇ ਵੀ ਮੈਂ ਕਿਉਂ ਤੂੰ ਤੂੰ ਤੂੰ, ਕਿਉਂਕਿ ਉਹਨਾਂ ਨੂੰ ਬੱਦਲਬਾਜ਼ੀ ਦਿਖੀ ਜਾਂਦੀ ਹੈ। ਮਗਰੋਂ ਕਹਿੰਦੇ ਹੁਣ ਇਲਜ਼ਾਮ ਕੀ ਲਾਵਾਂਗੇ ਭਗਵੰਤ ਮਾਨ ਤੇ ਵੀ 5 ਸਾਲ MP ਬਣਾਇਆ ਸੀ, ਇਲਜ਼ਾਮ ਕੀ ਲਾਵਾਂਗੇ ਵੀ ਪੈਸੇ ਖਾ ਗਿਆ। ਇੱਕ ਰੁਪਈਏ ਦਾ ਵੀ ਵੀਰੋ, ਇੱਕ ਰੁਪਈਏ ਦਾ ਗਲੀ ਵਾਲਾ ਰੁਪਈਆ ਕਹਿੰਦਾ ਜਿਹਨੂੰ, ਇੱਕ ਰੁਪਈਏ ਦਾ ਵੀ ਨਾ ਮੇਰੇ ਤੇ ਇਲਜ਼ਾਮ ਲਾ ਦਿਓ ਕਿ ਭਗਵੰਤ ਮਾਨ ਨੇ ਇੱਕ ਰੁਪਈਆ ਕਟਾ ਲਿਆ ਤੁਹਾਡੀਆਂ ਜੁੱਤੀਆਂ ਮੇਰਾ ਸਿਰ। ਕੋਈ ਲੀਡਰ ਗੱਲ ਕਹਿ ਨਹੀਂ ਸਕਦਾ ਦਿਲ ਨੇ ਐਸ ਭ੍ਰਿਸ਼ਟਾਚਾਰ ਦੇ ਚਿੱਕੜ 'ਚ ਆਪਣਾ ਦਾਮਨ ਸਾਫ ਰੱਖਣਾ ਬਹੁਤ ਮੁਸ਼ਕਿਲ ਗੱਲ ਹੈ। ਮੈਂ ਕਰੋੜਾਂ ਰੁਪਈਏ ਕਮਾਉਂਦਾ ਸੀ ਟੈਲੀਵਿਜ਼ਨ 'ਚੋਂ, ਫਿਲਮਾਂ 'ਚੋਂ, ਬਾਹਰਲੇ ਮੁਲਕਾਂ ਦੇ ਸ਼ੋਅ 'ਚੋਂ। ਵੀਰੋ ਅੱਜ MP ਦੀ ਤਨਖਾਹ ਜਿਹੜੀ ਹੈ ਨਾ, ਉਹ ਮੇਰੇ 10 ਦਿਨਾਂ 'ਚ ਮੇਰੀ ਗੱਡੀ ਤੇਲ ਆ ਜਾਂਦੀ ਹੈ, ਫਿਰ ਮੈਂ 20 ਦਿਨ ਯਾਰਾਂ ਦੋਸਤਾਂ ਤੋਂ ਉਧਾਰ ਲੈ ਕੇ ਖਰਚਾ ਚਲਾਉਣਾ, ਲੋਕਾਂ ਦਾ ਪੈਸਾ ਨਹੀਂ ਖਾਣਾ। ਪਰ 26 ਕਰੋੜ 60 ਲੱਖ ਮੇਰੇ ਹੱਥਾਂ ਵਿੱਚ ਦੀ ਲੰਘ ਗਿਆ, ਪਰ ਮੇਰਾ ਨਹੀਂ ਸੀ, ਉਹ ਤੁਹਾਡਾ ਸੀ। ਤਾਂ ਕਰਕੇ ਮੈਂ ਕਹਿੰਦਾ ਆਓ ਫਿਰ ਲਾ ਰੱਖੋ ਇਲਜ਼ਾਮ। ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ, ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਾਰ ਤੇ ਲਾ ਲੈਂਦਾ, ਹੁਣ ਤੱਕ ਤੂੰ ਮੇਰਿਆਂ ਮਿੱਤਰਾਂ ਪੈਸੇ ਬਹੁਤ ਕਮਾ ਲੈਂਦਾ, ਪੈਸੇ ਨਾਲ ਪੋਜੀਸ਼ਨ ਬਣ ਗਈ, ਕੋਈ ਕਾਰੋਬਾਰ ਚਲਾ ਲੈਂਦਾ, ਓਏ ਅਮੀਰਾਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ। ਫਿਰ ਅੱਗਿਓਂ ਜਵਾਬ ਆਇਆ, ਕਹਿੰਦਾ ਗੱਲ ਤਾਂ ਤੇਰੀ ਠੀਕ ਹੈ ਮਿੱਤਰਾ, ਮੈਂ ਪੈਸੇ ਬਹੁਤ ਕਮਾ ਲੈਂਦਾ, ਅਮੀਰਾਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ, ਪਰ ਕਿੰਨੇ ਧਨੀ ਹੋ ਹੋ ਤੁਰ ਗਏ, ਕੌਣ ਕਿਸੇ ਦਾ ਨਾਂ ਲੈਂਦਾ। ਰੁੱਖਾਂ ਦੇ ਨਾਲ ਛਾਵਾਂ ਮਿਟਦੀਆਂ, ਆ ਸਮਾਂ ਸਭ ਨੂੰ ਢਾਲ ਲੈਂਦਾ, ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ। ਜੇ ਗੁਰੂ ਨਾਨਕ ਦੇਵ ਜੀ ਦੁਕਾਨ ਖੋਲ ਕੇ ਬਹਿ ਜਾਂਦੇ, ਬਾਬਰ ਨਾਲ ਮੱਥਾ ਕੌਣ ਲਾਉਂਦਾ, ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ, ਭਾਈ ਲਾਲੋ ਤੇ ਮਲਕ ਭਾਗੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕੱਢਦਾ, ਪਹਾੜਾਂ ਨੂੰ ਪੰਜਿਆਂ ਨਾਲ ਕੌਣ ਰੋਕਦਾ, ਘਰ ਘਰ ਜਾ ਕੇ 4 ਉਦਾਸੀਆਂ ਕਰਕੇ ਲੋਕਾਂ ਨੂੰ ਕਿਰਤ ਕਰੋ, ਵੰਡ ਛਕੋ, ਨਾਮ ਜਪੋ ਦਾ ਹੋਕਾ ਕੌਣ ਦਿੰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੌਣ ਕਹਿੰਦਾ। ਜੇ ਬਾਬਾ ਨਾਨਕ
ਹੱਟੀ ਖੋਲ ਕੇ ਬਹਿ ਜਾਂਦਾ। ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ, ਬੜੀ ਦੁਨੀਆ ਪੈਸੇ ਕਮਾ ਕੇ ਤੁਰ ਜਾਂਦੀ ਹੈ। ਇੱਜ਼ਤ ਬਹੁਤ ਵੱਡੀ ਗੱਲ ਹੈ ਵੀਰੋ। ਲੋਕ ਉਹਨਾਂ ਨੂੰ ਕਦੇ ਵੀ ਯਾਦ ਨਹੀਂ ਰੱਖਦੇ ਜਿਹੜੇ ਬੈਂਕਾਂ 'ਚ ਖਾਤੇ ਖਿਲਾ ਕੇ ਤੁਰ ਜਾਂਦੇ ਆ, ਲੋਕ ਉਹਨਾਂ ਨੂੰ ਕਦੇ ਵੀ ਨਹੀਂ ਭੁੱਲਦੇ ਜਿਹੜੇ ਦਿਲਾਂ 'ਚ ਖਾਤੇ ਖਿਲਾਉਂਦੇ ਆ, ਪਰ ਦਿਲਾਂ 'ਚ ਲੋਕ ਖਾਤੇ ਛੇਤੀ ਛੇਤੀ ਖੋਲਦੇ ਨਹੀਂ, ਪਾਸਵਰਡ ਛੇਤੀ ਨਹੀਂ ਦਿੰਦੇ। ਇੱਕ ਪਾਸੇ ਜਿੱਥੇ ਭਗਵੰਤ ਮਾਨ ਵਿਰੋਧੀਆਂ ਨੂੰ ਆਪਣੇ ਖਿਲਾਫ ਉਮੀਦਵਾਰ ਨਾ ਮਿਲਣ ਤੇ ਉਹਨਾਂ ਦੀ ਖਿੱਲੀ ਉਡਾ ਰਹੇ ਨੇ, ਉੱਥੇ ਹੀ ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਤੇ ਬੇਅਦਬੀ ਮਾਮਲਿਆਂ 'ਚ ਸ਼੍ਰੋਮਣੀ ਅਕਾਲੀ ਦਲ ਦੀ ਵੀ ਜੰਮ ਕੇ ਮਿੱਟੀ ਕੁੱਟ ਰਹੇ ਨੇ। ਘਰ ਘਰ ਨੌਕਰੀ ਮਿਲ ਗਈ, ਮੈਂ ਤਾਂ ਇਹ ਵੀ ਕਹਿੰਦਾ ਮੈਂ ਖਿਲਕੀ ਘਰ ਛੱਡ ਕੇ ਦਿੰਦੇ ਚਲ। ਉਹ ਮੈਨੂੰ ਇੱਕ ਬੁੜਾ ਕਹਿੰਦਾ ਬਾਬਾ ਬਜ਼ੁਰਗ, ਉਹ ਕਹਿੰਦਾ ਚੱਲ ਮੈਂ 6 ਮਹੀਨੇ ਘਰ ਬਾਅਦ ਕਰਦੇ ਯਾਰ, 5-5 ਛੱਡਣ ਨੂੰ ਤਿਆਰ ਹਾਂ, ਸ਼ੁਰੂ ਤਾਂ ਕਰ। ਨਹੀਂ ਹੁੰਦਾ ਵੀਰੋ, ਕਰਜ਼ਾ ਮਾਫ ਹੋ ਗਿਆ ਤੁਹਾਡੇ ਪਿੰਡ ਵਾਲਿਆਂ ਦਾ, ਜਿੰਨਾ ਦਾ ਹੋਣਾ ਚਾਹੀਦਾ ਸੀ ਉਹਨਾਂ ਦੇ ਲਿਸਟਾਂ 'ਚ ਨਾਂ ਨਹੀਂ ਆਏ, ਆਪਦੇ ਚਹੇਤਿਆਂ ਦੇ ਆ ਗਏ। ਐਂ ਕਿਉਂ ਕਰਦੇ ਹੋ ਯਾਰ, ਕੋਈ ਘਰ ਤਾਂ ਛੱਡ ਦਿਓ ਯਾਰ, ਇਹਨਾਂ ਦਰਦ ਨਹੀਂ ਹੈਗਾ। ਸੋ ਵੀਰੋ, ਇੱਕ ਤਰੀਕੇ ਨਾਲ ਕੰਮ ਹੋ ਸਕਦਾ, ਹੁਣ ਇਹ ਗੱਲ ਵੀ ਹੁਣ ਗਾਹਾਂ ਨਾ ਦੱਸ ਦਿਓ, ਕਾਂਗਰਸ ਦਾ ਦਿਮਾਗ ਠੀਕ ਕਰਨ ਵਾਸਤੇ ਇੱਕ ਤਰੀਕਾ ਹੈਗਾ, ਜੇ ਕਿਤੇ 13 ਚੋਂ 10-11 ਆਮ ਆਦਮੀ ਪਾਰਟੀ ਵਾਲੇ ਬਣ ਜਾਣ ਨਾ, ਫਿਰ ਇਹ ਦਿਮਾਗ ਠੀਕ ਹੋਊਗਾ। ਇਹ ਤਾਂ ਬਹੁਤ ਗਲਤ ਹੋਊ ਕੰਮ, ਆਪਾਂ ਕੰਮ ਕਰੀਏ ਓਏ। ਜੇ ਕਿਤੇ ਇਹ ਜਿੱਤ ਗਏ ਤਾਂ ਇਹਨਾਂ ਨੂੰ ਐਂ ਲੱਗੂ ਕੋਈ ਗੱਲ ਨਹੀਂ, ਲੋਕ ਵਾਅਦੇ ਪੁਰਾਣੇ ਭੁੱਲ ਗਏ ਯਾਰ ਓਏ, ਹੁਣ ਕੁਛ ਕਰਨ ਦੀ ਲੋੜ ਨਹੀਂ, ਕੋਈ ਨਹੀਂ ਚੁੱਕਣੀ, ਪੁਰਾਣੇ ਭੁੱਲ ਗਏ, ਫਿਰ ਇਹਨਾਂ ਦਾ ਦਿਮਾਗ ਹੋਰ ਖਰਾਬ ਹੋਊਗਾ, ਨਹੀਂ ਤਾਂ ਇਹਨਾਂ ਦਾ ਦਿਮਾਗ ਟਿਕਾਣੇ ਆਊਗਾ। ਪਹਿਲਾਂ ਅਕਾਲੀ ਦਲ ਤਾਂ ਨਹੀਂ ਆਇਆ ਟਿਕਾਣੇ, ਤੁਸੀਂ ਕਦੇ ਸੁਖਬੀਰ ਬਾਦਲ ਅਤੇ ਮਜੀਠੀਆ ਸੜਕ 'ਤੇ ਧਰਨੇ ਦਿੰਦੇ ਦੇਖੇ ਸੀ? ਨਹੀਂ ਨਾ, ਫਿਰ ਬੈਠੇ ਸੀ ਨਾ ਹਰੀ ਕੇ ਪੱਤਣ ਵੇਸ਼ਮੀਰ ਜਾਈ ਲਈ, ਦੋਨੇ ਸਾਲਾ ਬਣਾਈਆ ਆ ਗਏ ਨਾ ਧਰਤੀ 'ਤੇ, ਕਿਹਨੇ ਲਿਆਂਦੇ ਨੇ? ਤੁਸੀਂ ਲਿਆਂਦੇ ਨੇ, ਕਿਹਦੇ ਕਰਕੇ? ਆਮ ਆਦਮੀ ਪਾਰਟੀ ਕਰਕੇ, ਕਿਉਂਕਿ ਉਹਨਾਂ ਨੂੰ ਐਂ ਜਰਾ ਤੀਜੇ ਆ ਗਏ, ਉਹ ਆਪਾਂ ਨੂੰ ਮਿਹਨਤ ਕਰਨੀ ਪਊਗੀ। ਅੱਜ ਅਕਾਲੀ ਦਲ ਦੀ ਕੋਈ ਟਿਕਟ ਲੈਣ ਨੂੰ ਤਿਆਰ ਨਹੀਂ, ਇਹ ਕਸ਼ਮੀਰ ਵੱਲ ਜਾਂਦਾ ਫਿਰਦਾ ਘਰੇ, ਲੜ ਲਾ ਕਹਿੰਦਾ ਲੈ ਛੱਡ ਪਰੇ ਮੁਰਗੀ ਖਾਨਾ ਖੋਲ ਲਾਂਗੇ, ਦਿਨ ਲੋਕਾਂ ਤੋਂ ਗਾਲਾਂ ਖਾਣੀਆਂ, ਕਹਿੰਦੇ ਕਿਹੜੇ ਮੂੰਹ ਨਾਲ ਆਉਣਗੇ ਜੀ? ਲੋਕ ਪੁੱਛਣਗੇ ਬੇਅਦਬੀ ਦਾ ਜਵਾਬ ਦਿਓ, ਲੋਕ ਪੁੱਛਣਗੇ ਬਹਿਬਲ ਕਲਾਂ ਗੋਲੀ ਕਾਂਡ, ਪਾਰਲੀਮੈਂਟ 'ਚ ਮੈਂ ਬੋਲਿਆ ਸੀ, FIR ਲੈ ਕੇ ਗਿਆ ਸੀ ਮੈਂ ਦੇਖੋ ਬਹਿਬਲ ਕਲਾਂ ਵਾਲੇ ਮੁੰਡੇ ਜਿਹੜੇ ਸ਼ਹੀਦ ਹੋਏ ਨੇ ਦੋ, ਮੈਂ ਕਿਹਾ ਜੀ FIR ਪਤਾ ਕਿਤੇ ਕੀਤੀ ਹੈ? ਅਨਆਈਡੈਂਟੀਫਾਈਡ ਪੁਲਿਸਮੈਨ, ਯਾਨੀ ਕਿ ਅਣਪਛਾਤੀ ਪੁਲਿਸ। ਉਹ ਮੈਂ ਕਿਹਾ ਭੀੜ ਅਣਪਛਾਤੀ ਹੁੰਦੀ ਹੈ, ਪੁਲਿਸ ਥੋੜ੍ਹੀ ਅਣਪਛਾਤੀ ਹੁੰਦੀ ਹੈ, ਇਕੱਲੇ ਇਕੱਲੇ ਕਾਰਤੂਸ ਦਾ ਹਿਸਾਬ ਦੇਣਾ ਪੈਂਦਾ, ਕੌਣ ਕੌਣ ਡਿਊਟੀ 'ਤੇ ਸਾਰਾ ਪਤਾ ਹੁੰਦਾ, ਆਰਡਰ ਕਿਹਨੇ ਦਿੱਤੇ ਆ, ਆਰਡਰ ਕਿਹਨੇ ਦਿੱਤੇ ਆ ਗੋਲੀ ਚਲਾਉਣ ਦੇ? ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਆਰਡਰ ਦਿੱਤੇ ਸੀ, ਉਹਨੂੰ ਤਾਂ ਜਾਣਦੇ ਹਾਂ, ਜਿਹਨੇ ਗੋਲੀਆਂ ਚਲਾਈਆਂ ਸੀ ਕਿਸੇ ਸਿਪਾਹੀ ਦਾ ਨਾਂ ਜਾਣਦੇ ਹੋ? ਨਹੀਂ ਜਾਣਦੇ। ਹੋਰ ਦੇਖੋ, ਜਨਰਲ ਡਾਇਰ ਨੇ 13 ਅਪ੍ਰੈਲ 1919 ਨੂੰ 2000 ਦੇ ਲਗਭਗ ਪੰਜਾਬੀਆਂ ਨੂੰ ਸ਼ਹੀਦ ਕਰ ਚਲਾ ਕੇ, ਉਹ ਤੋਂ ਬਾਅਦ ਰੋਟੀ ਕਿੱਥੇ ਖਾਧੀ ਸੀ ਆਥਣ ਦੀ ਪਤਾ ਹੈ? ਕੋਈ ਇੱਕ ਅੱਧੇ ਬੰਦੇ ਦਾ ਪਤਾ ਹੋਊਗਾ ਯਾਰ। ਜਨਰਲ ਡਾਇਰ ਨੇ 13 ਅਪ੍ਰੈਲ 1919 ਨੂੰ ਜਦੋਂ ਗੋਲੀਆਂ ਨਾਲ ਭੁੰਨੇ ਪੰਜਾਬੀ ਜਲਿਆਂਵਾਲੇ ਬਾਗ 'ਚ, ਉਹ ਤੋਂ ਬਾਅਦ ਆਥਣ ਰੋਟੀ ਕਿੱਥੇ ਖਾਧੀ ਸੀ? ਮਜੀਠੀਏ ਦੇ ਘਰੇ। ਦੇਖੋ ਸਾਰ ਸੁੰਦਰ
ਸਿਰਫ ਆਪਦੇ ਖਾਸ ਪਿੱਠੂ ਨੂੰ ਦਿੰਦੇ ਹੁੰਦੇ ਸੀ। ਦੇਖੋ ਉਹ ਤੋਂ ਬਾਅਦ ਸਿੰਘ ਮਜੀਠੀਆ ਦਰਬਾਰ ਸਾਹਿਬ ਤੋਂ ਸਰੋਪਾ ਦਵਾਤਾ, ਜਨਰਲ ਡਾਇਰ ਨੂੰ ਮਾਫ ਕਰਾਤਾ, ਕਹਿੰਦਾ ਇਹਦੀ ਡਿਊਟੀ ਬਣਦੀ ਸੀ, ਇਹਨੇ ਆ ਗਲਤੀ ਨਾਲ ਨਹੀਂ ਕੀਤਾ। ਲੈ 2000 ਬੰਦੇ ਦਾ ਜਿਹੜਾ ਕਾਤਲ ਸੀ ਉਹਨੂੰ ਸਰੋਪਾ ਦਵਾਤਾ ਦਰਬਾਰ ਸਾਹਿਬ ਚ, ਤੇ ਦਰਬਾਰ ਸਾਹਿਬ ਚ ਸਰੋਪਾ ਜਨਰਲ ਡਾਇਰ ਦੇ ਗਲ ਚ ਕਿਹਨੇ ਪਾਇਆ? ਉਸ ਵੇਲੇ ਦੇ ਜਥੇਦਾਰ ਅਕਾਲ ਤਖਤ ਸਾਹਿਬ, ਉਹਦਾ ਨਾਮ ਸੀ ਜਥੇਦਾਰ ਅਰੂੜ ਸਿੰਘ। ਤੇ ਅਰੂੜ ਸਿੰਘ ਕੌਣ ਹੈ ਪਤਾ ਹੈ ਜੀ? ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸਕਾ। ਲਓ ਐਂ ਜੁੜਦੀਆਂ ਨੇ, ਮੈਂ ਤਾਂ ਦੱਸੂ, ਮੈਂ ਤਾਂ ਸਾਰਾ ਕੁਝ ਦੱਸੂ, ਕਹਿੰਦੇ ਯਾਰ ਐਂ ਨਾ ਦੱਸਿਆ ਕਰ, ਮੈਂ ਦੱਸੂ ਕੀ ਉਮੀਦ ਕਰੋਗੇ ਨਾ ਤੋਂ। ਫਿਰ ਇਹਨਾਂ ਨੇ ਕੀ ਕੱਢਿਆ? ਕਹਿੰਦੇ ਯਾਰ ਬੜਾ ਪੰਗਾ ਪੈ ਗਿਆ ਮਹਿੰਦਰ ਮਾਸਟਰ ਦਾ ਮੁੰਡਾ ਸਤੌਜ ਵਾਲਾ, ਇਹ ਹਟਦਾ ਹੀ ਨਹੀਂ, ਇੱਕ ਦੇ ਚਾਰ ਜਵਾਬ ਦਿੰਦਾ। ਆਪ ਜਦੋਂ ਮੈਂ ਭੱਠਲ ਵਿਰੁੱਧ ਲੜਨ ਆਇਆ ਸੀ 2012 ਚ, ਭੱਠਲ ਨੇ ਬਿਆਨ ਦਿੱਤਾ ਇੱਕ, ਕਹਿੰਦੀ ਇੱਕ ਹੋਰ ਫਿਰਦਾ ਮਦਾਰੀ ਜਾ, ਆ ਭਗਵੰਤ ਮਾਨ ਖੇਡਾ ਜਾ ਪਾਉਂਦਾ ਫਿਰਦਾ ਮਦਾਰੀ ਜਾ। ਮੈਂ ਅਖਬਾਰ ਚ ਪੜ੍ਹ ਲਿਆ, ਉਹਤੇ ਲਿਖਿਆ ਹੋਇਆ ਭਗਵੰਤ ਮਾਨ ਮਦਾਰੀ ਹੈ ਰਜਿੰਦਰ ਕੌਰ ਭੱਠਲ। ਮੈਂ ਅਖਬਾਰ ਨਾਲ ਲੈ ਗਿਆ, ਅਗਲੇ ਦਿਨ ਮੈਂ ਕਿਹਾ ਜੀ ਲੋਕਾਂ ਨੂੰ ਕਿਹਾ ਦੇਖੋ ਐਂ ਮੈਨੂੰ ਮੈਨੂੰ ਮਦਾਰੀ ਕਹਿੰਦੀ ਹੈ ਯਾਰ। ਕਹਿੰਦੇ ਹਾਂ ਯਾਰ। ਮੈਂ ਕਿਹਾ ਫਿਰ ਇਹਨੂੰ ਸਮਝਾ ਦਿਓ ਯਾਰ, ਜੇ ਤੁਹਾਡੇ ਪਿੰਡ ਆਈ ਵੀ ਮਦਾਰੀਆਂ ਨੂੰ ਬਾਂਦਰੀਆਂ ਨਚਾਉਣੀਆਂ ਆਉਂਦੀਆਂ ਹੁੰਦੀਆਂ ਨੇ। ਮੇਰੀ ਸ਼ਿਕਾਇਤ ਕਰਤੀ ਮੇਰੀ ਇਲੈਕਸ਼ਨ ਕਮਿਸ਼ਨ ਕੋਲ, SDM ਜਿਹੜਾ ਸੀ ਲੜਕਾ ਗਿਆ, ਉਹ ਚੋਣ ਅਧਿਕਾਰੀ ਸੀ, ਉਹਨੇ ਬੁਲਾ ਲਿਆ ਸਾਨੂੰ ਦੋਨਾਂ ਦੋਨਾਂ ਨੂੰ ਬੁਲਾ ਲਿਆ। ਇਹਨੇ ਅਖਬਾਰ ਦਿਖਾਇਆ ਕਿ ਦੇਖੋ ਮੈਨੂੰ ਬਾਂਦ ਰਹੀ ਹੈ। ਮੈਂ ਅਖਬਾਰ ਦਿਖਾਇਆ, ਮੈਂ ਇੱਕ ਦਿਨ ਪਹਿਲਾਂ ਮੈਨੂੰ ਬੁਲਾ ਰਹੀ ਹੈ, ਨਾਲੇ ਮੈਂ ਕਿਹਾ ਜੀ ਕਿੱਥੇ ਲਿਖਿਆ ਹੋਇਆ ਇਹਦਾ ਪੱਕਾ ਲਿਖਿਆ ਭਗਵੰਤ ਮਾਨ ਬੁਲਾ ਰਹੀ ਆ, ਇਹ ਕਿੱਥੇ ਲਿਖਿਆ ਹੋਇਆ ਵੀ ਵਰਿੰਦਰ ਕੌਰ ਭੱਠਲ ਬਾਂਦੀ ਆ ਆਪੀ ਤੋਂ ਬਣੀ ਜਾਂਦੀ ਹੈ। ਮੈਂ ਤਾਂ ਇਹ ਕਿਹਾ ਵੀ ਜੇ ਮੈਂ ਮਦਾਰੀ ਹਾਂ ਫਿਰ ਬਾਂਦਰੀਆਂ ਨਚਾਉਣੀਆਂ ਹੋਣੀਆਂ ਹੋਈਆਂ ਨੇ, ਮੈਂ ਤਾਂ ਨਾਂ ਕਦੋਂ ਲਿਆ। ਜ਼ਿਕਰਯੋਗ ਹੈ ਕਿ ਆਪ ਵੱਲੋਂ ਹੁਣ ਤੀਕਰ ਆਪਣੇ 8 ਉਮੀਦਵਾਰਾਂ ਦੇ ਨਾਂ ਦਾ ਐਲਾਨ ਕਰ ਦਿੱਤਾ ਗਿਆ, ਜਿਸ ਵਿੱਚੋਂ ਸੰਗਰੂਰ ਦੀ ਸੀਟ ਸਭ ਤੋਂ ਅਹਿਮ ਮੰਨੀ ਜਾ ਰਹੀ ਹੈ। ਪਰ ਦੂਜੇ ਪਾਸੇ ਚੋਣ ਜ਼ਾਬਤਾ ਲਾਗੂ ਹੋਣ ਦੇ ਬਾਵਜੂਦ ਵੀ ਅਕਾਲੀ ਦਲ, ਕਾਂਗਰਸ ਅਤੇ PDA ਵੱਲੋਂ ਸੰਗਰੂਰ ਸੀਟ ਤੋਂ ਉਮੀਦਵਾਰ ਐਲਾਨਣ ਵਿੱਚ ਆਨਾਕਾਨੀ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।